ਅੰਮ੍ਰਿਤਸਰ ਦੇ ਪਿੰਡ ਮਾਹਲ ਵਿਖੇ ਦਸ਼ਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਸਾਜਨਾ ਦਿਵਸ ਮਨਾਇਆ ਗਿਆ। ਇਸ ਮੌਕੇ ਬਾਬਾ ਦਰਸ਼ਨ ਸਿੰਘ ਕਲੋਨੀ ਦੀ ਸਮੂਹ ਸੰਗਤ ਵੱਲੋਂ ਬੀਬੀ ਸਰਬਜੀਤ ਕੌਰ ਧਾਰੀਵਾਲ ਜਨਰਲ ਸਕੱਤਰ ਕਾਂਗਰਸ ਕਮੇਟੀ ਦੀ ਅਗਵਾਈ ਹੇਠ ਕੀਰਤਨ ਦਰਬਾਰ ਕਰਵਾਇਆ ਗਿਆ। ਇਸ ਮੌਕੇ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਕਥਾਵਾਚਕ ਰਾਗੀ ਸਿੰਘਾਂ ਨੇ ਭਾਈ ਸਤਜੀਤ ਸਿੰਘ, ਭਾਈ ਚਰਨਜੀਤ ਸਿੰਘ ਨੇ ਇਲਾਹਾ ਬਾਣੀ ਨਾਲ ਜੋੜੀ ਰੱਖਿਆ। ਇਸ ਮੌਕੇ ਜਗੀਰ ਕੌਰ ਔਜਲਾ ਵਿਸ਼ੇਸ਼ ਤੌਰ ਤੇ ਸੰਗਤਾਂ ਦੇ ਸਮੂਹ ਹਾਜ਼ਰ ਹੋਈਆਂ ਅਤੇ ਪਰਿਵਾਰ ਵੱਲੋਂ ਸਨਮਾਨਿਤ ਕੀਤਾ ਗਿਆ। ਸੋ ਅੱਜ ਇੱਥੇ ਆਣ ਕੇ ਇਹਨਾਂ ਨੇ ਅੱਜ ਖਾਲਸੇ ਦਾ ਜਨਮ ਦਿਨ ਮਨਾਇਆ ਤੇ ਮੈਂ ਬੇਨਤੀ ਕੀਤੀ ਸਾਰਿਆਂ ਨੂੰ ਭਈ ਅਸੀਂ ਦੂਜੇ ਜਨਮ ਦਿਨ ਜਿਹੜੇ ਕਿ ਪੱਛਮ ਦੇ ਲੋਕ ਮਨਾਉਂਦੇ ਸੀ ਅੱਜ T2 ਦਾ ਤੇ ਅੱਜ B2 ਦਾ ਉਹ ਨਾ ਮਨਾਈਏ। ਅੱਜ ਸਾਡਾ ਆਪਣਾ ਖਾਲਸੇ ਦਾ ਜਨਮ ਦਿਨ ਆ, ਇਹਨੂੰ ਅਰਦਾਸ ਕਰੀਏ, ਦੇਗ ਬਣਾਈਏ, ਪਰਿਵਾਰ 'ਚ ਵੰਡੀਏ ਤੇ ਉੱਧਰ ਸਾਡੇ ਬੱਚਿਆਂ ਨੂੰ ਪਤਾ ਲੱਗੇ ਕਿ ਅੱਜ ਮੰਮੀ ਨੇ ਦੇਗ ਕਿਉਂ ਬਣਾਈ ਆ, ਅੱਜ ਪਾਪਾ ਅਰਦਾਸ ਵਿੱਚ ਕਿਉਂ ਸ਼ਾਮਿਲ ਹੋਇਆ ਕਿ ਅੱਜ ਸਾਡਾ ਜਨਮ ਦਿਨ ਆ, ਅੱਜ ਸਾਨੂੰ ਸਿੰਘ ਸ਼ਬਦ ਦੀ ਪ੍ਰਾਪਤੀ ਹੋਈ। ਮੈਂ ਆਈ ਹੋਈ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਇੱਥੇ ਆ ਕੇ ਮੇਰੇ ਬਹੁਤ ਵਧੀਆ ਕੀਤਾ, ਆਏ ਦਰਸ਼ਨ ਦਿੱਤੇ ਅਤੇ ਗੁਰੂ ਜੀ ਦੇ ਦਰਸ਼ਨ ਕੀਤੇ। ਖਾਸ ਕਰਕੇ ਮੈਂ ਬੀਬੀ ਜੀ ਦਾ ਧੰਨਵਾਦ ਕਰਦੀ ਹਾਂ ਜਿਹੜੇ ਇੱਥੇ ਆ ਕੇ ਸਾਨੂੰ ਆਪਣੇ ਦਰਸ਼ਨ ਦਿਵਾਰੇ ਦਿੱਤੇ ਅਤੇ ਗੁਰੂ ਜੀ ਦਾ ਦਰਸ਼ਨ ਕੀਤੇ। ਅੰਮ੍ਰਿਤਸਰ ਤੋਂ ਕੈਮਰਾਮੈਨ ਦੀਪਕ ਬਜਾਜ ਦੇ ਨਾਲ ਸਨੀ ਸੋਤਾ, UA ਪੰਜਾਬ TV।